ਕਾਗਜ਼ ਦਾ ਜਾਦੂਈ ਪੱਖਾ ਸਮੱਗਰੀ 20x8 cm ਦਾ ਰੰਗਦਾਰ ਕਾਗਜ਼, 15x8 cm ਦਾ ਰੰਗਦਾਰ ਕਾਗਜ਼, 60x10 cm ਦਾ ਰੰਗਦਾਰ ਕਾਗਜ਼, ਧਾਗਾ, ਟੇਪ, ਫੈਵੀਕਵਿਕ, ਕੈਂਚੀ, ਸਟਰੋਪ। 7x10 ਆਕਾਰ ਦੇ ਰੰਗਦਾਰ ਕਾਗਜ਼ ਨੂੰ ਪੱਖੇ ਵਾਂਗ ਮੋੜੋ। ਇਸ ਦੀਆਂ ਪੱਟੀਆਂ ਨੂੰ ਜਿੰਨਾ ਛੋਟੇ ਤੋਂ ਛੋਟਾ ਮੋੜ ਸਕਦੇ ਹੋ ਮੋੜ ਦਿਓ। ਇਹਨਾਂ ਨੂੰ ਅਕੋਰਡੀਅਨ ਵਾਂਗ ਮੋੜੋ। ਹੁਣ ਪੱਖੇ ਦੇ ਦੋਵੇਂ ਕਿਨਾਰਿਆਂ 'ਤੇ ਗੂੰਦ ਨਾਲ ਧਾਗਾ ਚਿਪਕਾ ਦਿਓ। 20x8 cm ਰੰਗਦਾਰ ਕਾਗਜ਼ ਨੂੰ ਸਟਰਾਅ ਉੱਪਰ ਲਪੇਟ ਕੇ ਵੇਲਣਾਕਾਰ ਬਣਾਓ ਅਤੇ ਅੰਤ ਵਿੱਚ ਟੇਪ ਨਾਲ ਜੋੜ ਦਿਓ। ਸਟਰਾਅ ਨੂੰ ਬਾਹਰ ਕੱਢ ਲਓ ਅਤੇ ਵੇਲਣਾਕਾਰ ਦੇ ਦੋਵੇਂ ਕਿਨਾਰੇ ਥੋੜ੍ਹੇ ਥੋੜ੍ਹੇ ਕੱਟ ਦਿਓ। ਇੱਕ ਹੋਰ ਕਾਗਜ਼ ਦੀ ਵੇਲਣਾਕਾਰ ਸਲੀਵ ਬਣਾ ਕੇ ਵੇਲਣਾਕਾਰ ਉੱਪਰ ਚੜ੍ਹਾਓ ਤਾਂ ਜੋ ਵੇਲਣਾਕਾਰ ਇਸ ਵਿੱਚ ਆਸਾਨੀ ਨਾਲ ਚੱਲ ਸਕੇ। ਹੁਣ ਕਾਗਜ਼ ਦੇ ਪੱਖੇ ਨੂੰ ਇਕੱਠਾ ਕਰਕੇ ਇਸਦਾ ਇੱਕ ਸਿਰਾ ਵੇਲਣਾਕਾਰ ਵਿੱਚ ਫਸਾ ਦਿਓ। ਪੱਖੇ ਅਤੇ ਵੇਲਣਾਕਾਰ ਵਿੱਚ ਥੋੜ੍ਹੀ ਗੂੰਦ ਲਗਾ ਦਿਓ ਤਾਂ ਜੋ ਪੱਖਾ ਵੇਲਣਾਕਾਰ ਵਿੱਚੋਂ ਬਾਹਰ ਨਾ ਆ ਸਕੇ। ਹੁਣ ਵੇਲਣਾਕਾਰ 'ਤੇ ਸਲੀਵ ਚੜ੍ਹਾ ਦਿਓ ਅਤੇ ਦੋਵਾਂ ਧਾਗਿਆਂ ਨੂੰ ਸਲੀਵ ਉੱਪਰ ਟੇਪ ਨਾਲ ਚਿਪਕਾ ਦਿਓ। ਤੁਹਾਡਾ ਪੱਖਾ ਤਿਆਰ ਹੈ। ਇੱਕ ਹੱਥ ਨਾਲ ਵੇਲਣਾਕਾਰ ਨੂੰ ਫੜ ਕੇ ਰੱਖੋ, ਦੂਜੇ ਨਾਲ ਸਲੀਵ ਨੂੰ ਉੱਪਰ ਹੇਠਾਂ ਕਰਨ 'ਤੇ ਪੱਖਾ ਖੁੱਲ੍ਹੇਗਾ ਅਤੇ ਬੰਦ ਹੋਵੇਗਾ।